कल सीएम मान वालों पटियाला दे रजिंद्रा हस्पताल दा दौरा किया गया, जिस दौरान उन्होंने हस्पताल दे प्रबंधा दा निरीक्षण किया, डॉक्टरां नाल भी गलबात की, हस्पताल विच दाखिल मरीजा तो उन्हां दी सेहत बारे जानकारी ली अते उन्हां नूं भरोसा दवाया कि असी तुहाडी तंदुरुस्ती अते सेहत जाबी लई वचनबद्ध हाँ। सीएम मान ने मरीजा नाल उन्हां दा दुख वंडाया अते कहा कि दुख वंडाउण नाल घट हो जांदा है। नाल ही उन्होंने कहा कि परमात्मा दुख दे नाल हौसला भी बख्शदे ने, पंजाब दे लोकां ने मेरे ते भरोसा कीता है ते मैं इन्हां लोकां दे दुखां नूं खुशियां ते हासियां विच तब्दील करन लई पूरी कोशिश करांगा। ਪੰਜਾਬੀ ਯੂਨੀਵਰਸਿਟੀ ਪਟਿਆਲਾ ਸਰ, ਮੈਂ 6-7 ਮਹੀਨੇ ਤੋਂ ਆਪਣੀ ਮੰਮੀ ਦੇ ਨਾਲ ਸੀ, ਉਹਨਾਂ ਦੀ ਕੇਅਰ ਕਰ ਰਹੀ ਸੀ। ਤੁਸੀਂ ਹੁਣ ਪੜੋ, ਪੜ ਕੇ ਨਾ, ਮੇਰੇ ਡੈਡੀ ਦੀ ਵੀ ਡੈਥ ਹੋ ਚੁੱਕੀ ਹੈ। ਪਰਮਾਤਮਾ ਹੈ ਹੁਣ ਜਿਹੜਾ ਜਿਹੜਾ ਦੁੱਖ ਦਿੰਦਾ ਉਹ ਹੌਸਲਾ ਵੀ ਦਿੰਦਾ। ਹਾਂਜੀ, ਤੁਸੀਂ ਪੀਐਚਡੀ ਕਰੋ ਤੇ ਤੁਹਾਨੂੰ ਪੀਐਚਡੀ ਮੁਤਾਬਕ ਇੱਥੇ ਨੌਕਰੀ ਜਾਵਾਂਗੇ, ਮੰਮਾ ਪਾਪਾ ਦੇ ਸੁਪਨੇ ਪੂਰੇ ਕਰਾਂਗੇ। ਠੀਕ ਹੈ ਨਾ? ਹਾਂਜੀ ਸਰ, ਜਾਣਦੇ ਹਾਂ। ਹਾਂਜੀ, ਕੋਈ ਨਹੀਂ ਕੋਈ ਨਹੀਂ, ਨਾ ਨਹੀਂ ਰੋਣਾ, ਦੱਸੋ ਨਾ। ਅਸੀਂ ਦਿੱਲੀ ਤੋਂ ਕਰਾ ਦਾਂਗੇ, ਅਸੀਂ ਕੀ ਹੈ ਆਪਣਾ ਪੀਜੀਆਈ ਚੋਂ ਕਰਾ ਦਾਂਗੇ। ਹਾਂ ਕੋਈ ਨਹੀਂ, ਮੈਨੂੰ ਪੜ੍ਹਾ ਦਿਆ ਸਾਰਾ ਕੀ ਸਾਰਾ ਤੁਸੀਂ ਮੇਰੀ ਭੈਣ ਮੈਂ ਕਹਿਤਾ ਡਾਕਟਰਾਂ ਨੂੰ ਥੋੜ੍ਹਾ ਜਿਹਾ ਰਿਪੋਰਟ ਆ ਜਾਣ ਦਿਓ, ਤੁਸੀਂ ਹੌਸਲਾ ਰੱਖੋ, ਹੌਸਲਾ ਰੱਖੋ। ਇਹ ਸਰ ਆਪਣੇ ਕੋਲੇ ਤਾਂ ਹੀਮੋਗਲੋਬਿਨ ਕਾਫੀ ਲੋ ਸੀਗਾ ਆਪਣੇ ਕੋਲੇ, ਫਿਰ ਇਹ ਬਲੱਡ ਟ੍ਰਾਂਸਫਿਊਜ਼ਨ ਲਈ ਅਸੀਂ ਇਹਨਾਂ ਨੂੰ ਪੈਕਡ ਆਰਬੀਸੀ ਦੇ ਦਿੱਤਾ। ਜੀ ਤੁਸੀਂ ਇਹਨਾਂ ਨੂੰ ਰਿਕਮੈਂਡ ਕਰਨਾ ਚਾਹੁੰਦੇ ਹੋ? ਸਰ ਪਹਿਲਾਂ ਅਸੀਂ ਬਲੱਡ ਲਾ ਕੇ ਥੋੜਾ ਹੀਮੋਗਲੋਬਿਨ ਅਪ ਚੱਕ ਲਈਏ, ਪਹਿਲਾਂ ਇਹ ਸੀਗਾ ਵੀ ਥੋੜਾ ਇਹਦਾ ਐਚਬੀ ਆ ਪਾਈ ਮੈਨੂੰ ਭੇਜ ਜੀ ਬੈਸਟ ਕਰਾ ਕੇ ਮੇਰਾ ਸਭ ਕੁਝ ਉੱਜੜ ਜੂਗਾ ਜੀ। ਨਹੀਂ ਉੱਜੜਦਾ, ਪਰਮਾਤਮਾ ਦੇ ਫਿਕਰ ਨਾ ਸਰ। ਡਾਕਟਰ ਕਿੱਡੇ ਵੱਡੇ ਵੱਡੇ ਸਾਰਾ ਡਾਕਟਰ ਖੜੇ ਨੇ, ਕਿੱਡੇ ਵੱਡੇ ਵੱਡੇ ਚਾਹੀਦਾ ਸੀ ਆਪੇ ਲਾਵਾਂਗੇ। ਤੈਨੂੰ ਕੋਈ ਪ੍ਰੋਬਲਮ, ਕੋਈ ਪੈਸਾ ਨਹੀਂ ਲੱਗੂਗਾ ਤੇ ਹੌਸਲੇ, ਜੇ ਤੁਸੀਂ ਹੌਸਲੇ ਚ ਨਹੀਂ ਰਹੋਗੇ ਬੱਚੇ ਰੋਣਗੇ। ਸਾਰਾ ਦਿਨ ਮੇਰੇ ਕਦੀ ਐ ਦੇਖਦੀ ਐ ਵਿਚਾਰੀ ਵੀ ਮੈਨੂੰ ਕਿਤੇ ਲੈ ਕੇ ਜਾਊਗਾ, ਨਾ ਕੁਝ ਕਰੀ ਇੱਥੇ ਰਹੋਗੇ, ਮਰੀਜ਼ ਹੋਰ ਆਉਂਦਾ ਇੱਥੇ। ਹਾਂ ਹੌਸਲੇ ਉਹਦੇ ਸਾਹਮਣੇ ਹੋਣਗੇ, ਆਪਾਂ ਨੂੰ ਠੀਕ ਕਰਨ ਲੱਗਦਾ, ਪਤਾ ਨਹੀਂ ਡਾਕਟਰਾਂ ਦਾ ਜਵਾਬ ਦੇਤਾ ਸਾਰਾ ਇਲਾਜ ਨਹੀਂ ਐਸੀ ਜ਼ਿੰਦਗੀ 'ਚ ਅੱਜ ਪਹਿਲੀ ਵਾਰੀ ਮਹਿਸੂਸ ਹੋਇਆ ਵੀ ਸਾਡਾ ਕੋਈ ਹੈਗਾ ਨਾ। ਕੋਈ ਨਹੀਂ, ਮੈਂ ਮਰੇ ਜੇ ਰਹਿ ਪਤਾ ਨਹੀਂ ਕੀ ਹੋਊਗਾ। ਨਹੀਂ ਨਹੀਂ, ਅੱਜ ਜ਼ਿੰਦਗੀ 'ਚ ਪਹਿਲੀ ਵਾਰ ਮਹਿਸੂਸ ਹੋਇਆ ਵੀ ਸਾਡਾ ਕੋਈ ਹੈਗਾ।